ਜਿਸ ਤਰੀਕੇ ਦੇ ਨਾਲ ਚੀਜ਼ਾਂ ਮੈਨੇਜ ਹੋਣੀਆਂ ਚਾਹੀਦੀਆਂ ਸੀ ਉਸ ਤਰੀਕੇ ਨਾਲ ਚੀਜ਼ਾਂ ਮੈਨੇਜ ਨਹੀਂ ਹੁੰਦੀ ਕਿਸੇ ਬਹੁਤ ਵੱਡੇ ਲੀਡਰ ਨੇ ਕਿਹਾ ਥੱਲੋਂ ਕੁਝ ਨਹੀਂ ਹੋਣਾ ਥੱਲੇ ਵਾਲਿਆਂ ਦੇ ਪੱਲੇ ਕੁਝ ਨਹੀਂ ਹੈ ਥੱਲੇ ਵਾਲਾਂ ਨੂੰ ਜਦੋਂ ਵੋਟੀਆਂ ਸਿੱਟੀਆਂ ਗਈਆਂ ਕੁਝ ਲੋਕਾਂ ਨੂੰ ਹੋ ਸਕਦਾ ਉਹ ਨਾਲ ਜੁੜ ਜਾਣ ਇੱਕ ਮੰਤਰੀ ਕੱਲ ਹੀ ਅਜੇ ਪੋਜੀਸ਼ਨ ਬਦਲ ਕੇ ਇੱਕ ਮੰਤਰੀ ਜਿਹੜਾ ਕੈਪਟਨ ਦੇ ਧੜੇ ਦਾ ਸੀਗਾ ਉਹਨੇ ਕੱਲ ਪੋਜੀਸ਼ਨ ਬਦਲੀ ਉਹ ਮੰਤਰੀ ਅੱਜ ਐਂਟੀ ਕੈਪਟਨ ਹੋਇਆ ਹੋਇਆ ਜਿਸ ਤਰੀਕੇ ਦੇ ਨਾਲ ਚੀਜ਼ਾਂ ਮੈਨੇਜ ਹੋਣੀਆਂ ਚਾਹੀਦੀਆਂ ਸੀ ਉਸ ਤਰੀਕੇ ਨਾਲ ਚੀਜ਼ਾਂ ਮੈਨੇਜ ਨਹੀਂ ਹੋਈਆਂ ਯਾਨੀ ਬੇਅਦਬੀ ਦੇ ਇਸ ਮਸਲੇ ਤੋਂ ਬਾਅਦ ਕੈਪਟਨ ਦਾ ਜੋ ਰਿਐਕਸ਼ਨ ਐਮਐਲਏਜ਼ ਨਾਲ ਹੋਣਾ ਬਹੁਤੇ ਲੋਕ ਕੀ ਕਹਿੰਦੇ ਨੇ ਕਿ ਜਦੋਂ ਐਮਐਲਏਜ਼ ਨੂੰ ਮਿਲ ਰਹੇ ਸੀ ਜਦੋਂ ਕੋਈ ਐਮਐਲਏ ਕਹਿੰਦਾ ਸੀ ਜੇ ਇਹ ਹੋਗਾ ਉਹ ਸਾਇਲੈਂਟਲੀ ਸੁਣੀ ਗਏ ਜਦੋਂ ਇੱਕ ਗੱਲ ਕਹਿਨ ਦੇ ਸੀ ਕਿ ਨਹੀਂ ਕੋਈ ਝਟਕੇ ਸੌਦੇ ਨਾਲ ਨਹੀਂ ਹੋ ਸਕਦਾ ਇੰਟਰਵਿਊ ਵਿੱਚ ਵੀ ਕਿਹਾ ਉਹਨਾਂ ਨੇ ਐ ਨਹੀਂ ਹੋ ਸਕਦਾ ਇਹ ਉਹ ਗੱਲ ਦਾ ਕਹਿੰਦੇ ਬਹੁਤ ਬੁਰੇ ਤਰੀਕੇ ਨਾਲ ਰਿਐਕਸ਼ਨ ਗਿਆ ਯਾਨੀ ਸਾਰੇ ਐਮਐਲਏਜ਼ ਨੂੰ ਇਹ ਲੱਗਿਆ ਸਾਰੇ ਮੰਤਰੀਆਂ ਨੂੰ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਇਹ ਲੱਗਿਆ ਕਿ ਕੈਪਟਨ ਮਰਿੰਦਰ ਸਿੰਘ ਦੇ ਨਾਲ ਕੁਝ ਸਾਡੇ ਤੋਂ ਨਹੀਂ ਹੋਣਾਗਾ ਕਿਉਂਕਿ ਉਹ ਇਹ ਸੋਚਦੇ ਨੇ ਜੇ ਸਾਡੀ ਹੀ ਸਿਆਸਤ ਖਤਮ ਹੋ ਗਈ ਤਾਂ ਅਸੀਂ ਕੈਪਟਨ ਮਨਿੰਦਰ ਸਿੰਘ ਦਾ ਕੀ ਕਰਾਂਗੇ ਜੇ ਸਾਡੇ ਹਲਕੇ ਦੇ ਅੰਦਰ ਹੀ ਅਸੀਂ ਐਮਐਲਏ ਨਾ ਰਹੇ ਜੇ ਕਾਂਗਰਸ ਪਾਰਟੀ ਹੀ ਕਾਂਗਰਸ ਪਾਰਟੀ ਨਾ ਰਹੀ ਜੇ ਕਾਂਗਰਸ ਪਾਰਟੀ ਦਾ 2022 ਚ ਬੁਰਾ ਹਾਲ ਹੋ ਗਿਆ ਤਾਂ ਕੈਪਟਨ ਨਾ ਖੜ ਕੇ ਕੀ ਕਹਾਂਗੇ ਤੁਹਾਨੂੰ ਮੈਂ ਹੋਰ ਦੱਸ ਦੇਣਾ ਅੰਦਰ ਦੀ ਗੱਲ ਆ ਜਿਹੜੀ ਜਿਹੜੇ ਮੰਤਰੀ ਨੇ ਜਿਹੜੇ ਬਗਾਵਤੀ ਸੁਰਾਂ ਚ ਐਮਐਲਏ ਨੇ ਉਹ ਕੀ ਕਹਿ ਰਹੇ ਨੇ ਉਹ ਬਹੁਤ ਸਾਰੇ ਲੋਕਾਂ ਕੋਲੇ ਕਹਿ ਰਹੇ ਨੇ ਸਾਡੇ 4.5 ਸਾਲ ਕੱਟ ਲਏ ਅਸੀਂ ਹੁਣ ਅਸੀਂ ਹਾਈ ਕਮਾਂਡ ਕੋਲੇ ਵੀ ਹੀਰੋ ਬਣ ਰਹੇ ਆ ਹੁਣ ਅਸੀਂ ਪੰਜਾਬੀਆਂ ਕੋਲੇ ਵੀ ਹੀਰੋ ਬਣ ਰਹੇ ਆ ਹੁਣ ਸਾਡਾ ਡੰਕਾ ਵੀ ਵੱਜ ਰਿਹਾ 6 ਮਹੀਨਿਆਂ ਚ ਅਸੀਂ ਕੈਪਟਨ ਤੋਂ ਕੀ ਲੈ ਲਾਂਗੇ ਉਹੀ ਸਮਾਂ ਤਾਂ ਨਿਕਲ ਚੁੱਕਿਆ ਹੈ ਅਜੇ ਤੱਕ ਉਹਨਾਂ ਨੇ ਕਿਹਾ ਕਿ ਸਾਢੇ 4 ਕੱਟ ਲਏ ਅਸੀਂ ਹੁਣ ਅਸੀਂ ਕੈਪਟਨ ਤੋਂ ਕੀ ਲੈ ਲਾਂਗੇ ਸਾਡਾ ਕੀ ਉਹ ਵਿਗਾਰਡ ਦੇਣਗੇ ਹੁਣ ਜੇ ਸਾਡਾ ਨੁਕਸਾਨ ਵੀ ਹੋ ਜਾਏਗਾ ਤਾਂ ਹੋ ਜਾਣ ਦੋ ਪਰ ਸਾਡਾ ਲੌਂਗ ਟਰਮ ਫਾਇਦਾ ਹੋਏਗਾ ਉਹਨਾਂ ਨੂੰ ਇਹ ਲੱਗਦਾ ਕਿ ਲੰਬੇ ਸਮੇਂ ਦੀ ਜਿਹੜੀ ਕਾਂਗਰਸ ਦੀ ਪੋਲਿਟਿਕਸ ਆ ਜਿਨ੍ਹਾਂ ਨੇ 30-30 ਸਾਲ ਦੀ ਜਿਨ੍ਹਾਂ ਦੀ ਰਾਜਨੀਤੀ ਪ 25 25 ਸਾਲ ਦੀ ਰਾਜਨੀਤੀ ਪਈ ਹੈ 40 40 ਸਾਲ ਦੀ ਰਾਜਨੀਤੀ ਪਈ ਹੈ ਉਹ ਸਾਰੇ ਲੋਕ ਇਹ ਗੱਲ ਕਹਿ ਰਹੇ ਨੇ ਕਿ ਸਾਡਾ ਤਾਂ ਫਾਇਦੇ ਫਾਇਦਾ ਸਾਡੇ ਦੋਵੇਂ ਹੱਥਾਂ 'ਚ ਲੱਡੂ ਨੇ ਕੈਪਟਨ ਦੀਆਂ ਫਾਈਲਾਂ ਨੂੰ ਛੱਡ ਦਿਓ ਕੱਲਾ ਜੇ ਤਾਂ ਕੈਪਟਨ ਦੀਆਂ ਫਾਈਲਾਂ ਨੇ ਉਹਨਾਂ ਦਾ ਕੋਈ ਨੁਕਸਾਨ ਕਰਤਾ ਤਾਂ ਵੱਖਰੀ ਗੱਲ ਹੈ ਪਰ ਉਹ ਸਾਰੇ ਇਹ ਕਹਿੰਦੇ ਨੇ ਕਿ ਸਾਡੇ ਤਾਂ ਦੋਹਾਂ ਹੱਥਾਂ 'ਚ ਲੱਡੂ ਨੇ ਇਹ ਬਹੁਤ ਸਾਰੇ ਲੋਕਾਂ ਕੋਲ ਕਹਿ ਰਹੇ ਨੇ ਕਿ ਅਸੀਂ ਤਾਂ ਆਉਣ ਵਾਲੇ ਦਿਨਾਂ ਦੇ ਅੰਦਰ ਹਾਈ ਕਮਾਂਡ ਕੋਲੇ ਸਾਡੇ ਨੰਬਰ ਬਣਨਗੇ ਉਹ ਇੱਕ ਨਹੀਂ ਉਹ ਕੋਈ ਇੱਕ ਮੰਤਰੀ ਨਹੀਂ ਕੋਈ ਇੱਕ ਐਮਐਲਏ ਨਹੀਂ ਕਿਸੇ ਬਹੁਤ ਵੱਡੇ ਲੀਡਰ ਨੇ ਕਿਹਾ ਥੱਲੋਂ ਕੁਝ ਨਹੀਂ ਹੋਣਾ ਥੱਲੇ ਵਾਲਿਆਂ ਦੇ ਪੱਲੇ ਕੁਝ ਨਹੀਂ ਆ ਥੱਲੇ ਵਾਲਾਂ ਨੂੰ ਜਦੋਂ ਵੋਟੀਆਂ ਸਿੱਟੀਆਂ ਗਈਆਂ ਕੁਝ ਲੋਕਾਂ ਨੂੰ ਹੋ ਸਕਦਾ ਉਹ ਨਾਲ ਜੁੜ ਜਾਣ ਉਹ ਹੀ ਮੰਤਰੀ ਤੇ ਵਿਧਾਇਕ ਵੀ ਡਰੇ ਬੈਠੇ ਹੁਣ ਨਾ ਥੱਲੇ ਵਾਲਿਆਂ ਨੂੰ ਹੀ ਲੱਗਦਾ ਕਿ ਮੰਨ ਲਓ ਕਿਸੇ ਨੂੰ ਉਹਦੇ ਨਾਲ ਨਵਾਜਤਾ ਮੰਨ ਲਓ ਕਿਸੇ ਨੂੰ ਕਹੇਗੀ ਤੂੰ ਡਿਪਟੀ ਸੀਐਮ ਆ ਕਿਸੇ ਨੂੰ ਮੰਤਰੀਪਦ ਦਾ ਲਾਲਚ ਦੇਤਾ ਕਿਸੇ ਨੂੰ ਕੋਈ ਦੇਤਾ ਇਹ ਬਹੁਤ ਵੱਡਾ ਇੱਕ ਲੀਡਰ ਕਹਿੰਦਾ ਕਿ ਥੱਲੇ ਵਾਲਿਆਂ ਦੇ ਪੱਲੇ ਕੁਝ ਨਹੀਂ ਆ ਜੇ ਹੋਏਗਾ ਤਾਂ ਕੁਝ ਉੱਤੋਂ ਹੋਏਗਾ ਯਾਨੀ ਉੱਤੋਂ ਹੋਏਗਾ ਤਾਂ ਸਭ ਨੂੰ ਇਹ ਲੱਗਦਾ ਕਿ ਜੇ ਉੱਤੋਂ ਹੋਏਗਾ ਅਸੀਂ ਇੱਧਰ ਸਿੱਪੇ ਸਲਾਰ ਬਣੇ ਰਵਾਂਗੇ ਕੱਲ ਨੂੰ ਸਾਡਾ ਨੁਕਸਾਨ ਨਾ ਹੋ ਜੇ ਸਭ ਨੂੰ ਇਹ ਲੱਗਦਾ ਮੰਨ ਲਓ ਉੱਪਰੋਂ ਕੋਈ ਚੇਂਜ ਹੋ ਗਈ ਜਿਹਦੀਆਂ ਸੰਭਾਵਨਾਵਾਂ ਬਹੁਤ ਸਾਰੇ ਲੋਕ ਕਹਿੰਦੇ ਹੈਗੀਆਂ ਨੇ ਦੋ ਤਰ੍ਹਾਂ ਦੇ ਹੁਣ ਇਸ ਟਾਈਮ ਥਾਟ ਨੇ ਇੱਕ ਥਾਟ ਇਹ ਆ ਜਿਹੜਾ ਬੜਾ ਪਰਪੱਕ ਆ ਕਿ ਉੱਪਰ ਕੁਝ ਹੋਣ ਜਾ ਰਿਹਾਗਾ ਇੱਕ ਥਾਟ ਇਹ ਆ ਕਿ ਕੈਪਟਨ ਬੜੇ ਧੜਲੇਦਾਰ ਲੀਡਰ ਨੇ ਕੈਪਟਨ ਹਿਲ ਨਹੀਂ ਸਕਦੇ ਇਹ ਥਾਟ ਆਗਾ ਤਾਂ ਇਹ ਸਾਰੀਆਂ ਗੱਲਾਂ ਦੋਵੇਂ ਪਾਸਿਆਂ ਤੋਂ ਹੋ ਰਹੀਆਂ ਨੇ ਪਰ ਜਿਹੜਾ 올ਡ ਸਕੂਲ ਹੈ 올ਡ ਸਕੂਲ ਮੰਨ ਲਓ ਮੈਂ ਜਿਵੇਂ ਧਰਮਸੂਤ ਕਹਿੰਦਾ ਧਰਮਸੂਤ ਤਾਂ ਬਣਾਈ ਕੈਪਟਨ ਅਮਰ ਧਰਮਸੋਤ ਤਾਂ ਪੈਦਾ ਹੀ ਕੈਪਟਨ ਮਰਿੰਦਰ ਸਿੰਘ ਨੇ ਕੀਤਾ ਯਾਨੀ ਜਿੰਨਾ ਕੈਪਟਨ ਮਰਿੰਦਰ ਸਿੰਘ ਦਾ ਉਹਨਾਂ ਤੇ ਪਿੱਛੇ ਜੇ ਸਕੈਮ ਨਿਕਲਿਆ ਸੀ ਧਰਮਸੋਤ ਦਾ ਉਸ ਸਕੈਮ ਤੋਂ ਬਾਅਦ ਪ੍ਰੋਟੈਕਟ ਕੀਤਾ ਜਿੰਨਾ ਜ਼ਬਰਦਸਤ ਤਰੀਕੇ ਦੇ ਨਾਲ ਜਿਹੜੇ ਸਭ ਤੋਂ ਕਲੋਜ਼ ਬੰਦੇ ਬਿਆਨ ਦਿੰਦੇ ਸੀਗੇ ਉਹ ਚੁੱਪ ਨੇ ਉਹ ਉਹ ਬੜੀ ਹੀ ਬੈਲੈਂਸ ਗੱਲ ਕਰ ਰਹੇ ਨੇ ਯਾਨੀ ਉਹਨਾਂ ਨੂੰ ਲੱਗਦਾ ਕਿ ਅਗਰ ਕੁਝ ਵੀ ਹੁੰਦਾ ਹੈ ਤਾਂ ਸਾਡਾ ਨੁਕਸਾਨ ਨਾ ਹੋਵੇ ਸਾਡੇ ਹਾਈ ਕਮਾਂਡ ਚ ਵੀ ਨੰਬਰ ਠੀਕ ਰਹਿਣ ਇਧਰ ਤਾਂ ਸਾਡਾ ਜੋ ਵੀ ਹੈ ਇਧਰ ਸਾਡੀ ਹੈਗੀ ਇਧਰ ਤਾਂ ਸਾਨੂੰ ਲੋੜ ਇਨਾਂ ਇਹਨਾਂ ਨੂੰ ਸਾਡੀ ਲੋੜ ਹੋਊਗੀ ਅਸੀਂ ਖੜੇ ਹੋ ਜਾਾਂਗੇ ਸਾਨੂੰ ਨਾਲ ਖੜਾ ਲੈਣਗੇ ਹਾਲਾਂਕਿ ਨਹੀਂ ਕਿ ਕੈਪਟਨ ਅਮਰਿੰਦਰ ਸਿੰਘ ਵੀ ਨਹੀਂ ਦੇਖ ਰਹੇ ਹੁਣੇ ਜੇ ਮੰਨ ਲਓ ਕੈਪਟਨ ਅਮਰਿੰਦਰ ਸਿੰਘ ਦਾ ਐਵੇਂ ਹੀ ਰਹਿੰਦਾ ਸਾਰਾ ਕੁਝ ਤੇ ਮੰਨ ਲਓ 2022 ਚ ਵੀ ਕੋਈ ਇਹ ਜੀ ਡਿਵੈਲਪਮੈਂਟ ਹੋ ਜਾਂਦੀ ਹੈ ਤੇ ਕੈਪਟਨ ਅਮਰਿੰਦਰ ਸਿੰਘ ਵੀ ਫਿਰ ਗਿਣਗਣ ਬਦਲੇ ਲੈਣਗੇ ਸਾਰਿਆਂ ਦਾ ਬਿਲਕੁਲ ਕੈਪਟਨ ਅਮਰਿੰਦਰ ਸਿੰਘ ਵੀ ਦੇਖਣਗੇ ਕਿ ਭਾਈ ਮੇਰੇ ਨਾਲ ਕੌਣ ਖੜਾ ਹੋਇਆ ਸੀ ਮੈਂ ਕਿੰਨਾ ਨਾਲ ਖੜਾ ਸੀ ਜਿਵੇਂ ਉਹਨਾਂ ਨੇ ਮੀਟਿੰਗ ਚ ਕਿਹਾ ਬੜਬੜ ਕੀ ਕਰਦੇ ਹੋ ਮੇਰੇ ਮੂੰਹ ਤੇ ਬੋਲੋ ਤਾਂ ਇਹ ਸਾਰੀਆਂ ਗੱਲਾਂ ਹੋ ਰਹੀਆਂ ਨੇ ਕਾਂਗਰਸ ਦੇ ਜਿਹੜੇ ਖੇਮਿਆਂ ਚ ਮੀਟਿੰਗਾਂ ਬਹੁਤ ਸਾਰੀਆਂ ਹੋ ਰਹੀਆਂ ਨੇ ਅਸੀਂ ਲਗਾਤਾਰ ਕਹਿ ਰਹੇ ਸੀ ਮੀਟਿੰਗਾਂ ਹੋ ਰਹੀਆਂ ਨੇ ਔਰ ਉਹ ਮੀਟਿੰਗਾਂ ਨਜ਼ਰ ਆ ਰਹੀਆਂ ਜੋ ਜੋ ਅਸੀਂ ਕਿਹਾ ਸੀ ਉਸੇ ਤਰੀਕੇ ਦੇ ਨਾਲ ਅਸੀਂ ਦੇਖ ਰਹੇ ਹਾਂ ਚੀਜ਼ਾਂ ਹੁਣ ਡਿਸੀਜਨ ਕਿਹਨੇ ਕਰਨਾ ਹਾਈ ਕਮਾਂਡ ਨੇ ਥੱਲੇ ਕੀ ਹੁੰਦਾ ਉੱਪਰ ਕੀ ਹੁੰਦਾ ਜਿਵੇਂ ਇੱਕ ਕੋਈ ਮੰਤਰੀ ਕਹਿੰਦਾ ਕਿ 40 ਬੰਦੇ ਸਾਡੇ ਨਾਲ ਕਨਵਿੰਸ ਨੇ 40 ਬੰਦੇ ਸਾਡੇ ਨਾਲ ਖੜੇ ਨੇ ਬਾਕੀ ਵੀ ਆ ਜਾਣਗੇ 40 ਸਾਡੇ ਕੋਲ 40 ਦਾ ਨੰਬਰ ਹੈ ਨੰਬਰ ਦਾ ਮਤਲਬ ਨੰਬਰ ਗੇਮ ਆ ਨਾ ਮੰਨ ਲਓ ਕੱਲ ਨੂੰ ਕੁਝ ਡਿਸਾਈਡ ਹੋਣਾ ਪ੍ਰਧਾਨ ਡਿਸਾਈਡ ਹੋਣਾ ਮੁੱਖ ਮੰਤਰੀ ਡਿਸਾਈਡ ਹੋਣਾ ਕੀ ਹੋਊਗਾ ਐਂਡ ਆਫ ਦਿ ਡੇ VOTING ਹੀ ਹੁੰਦੀ ਆ ਨਾ ਡੈਮੋਕ੍ਰੇਸੀ ਚ ਵੀ ਕੌਣ ਕਿਹਦੇ ਨਾਲ ਆਗਾ ਪੱਠਲ ਵੇਲੇ ਹਾਲਾਂਕਿ ਜ਼ਿਆਦਾ ਪੱਠਲ ਨਾਲ ਸੀਗੇ ਤੇ ਕੈਪਟਨ ਦੇ ਕੋਲ ਘਟ ਜਾਂਦੇ ਸੀ ਕਦੇ ਹੁਣ ਵੀ ਐਂ ਹੋ ਰਿਹਾਗਾ ਇੱਕ ਮੰਤਰੀ ਕੱਲ ਹੀ ਅਜੇ ਪੋਜੀਸ਼ਨ ਬਦਲ ਕੇ ਇੱਕ ਮੰਤਰੀ ਜਿਹੜਾ ਕੈਪਟਨ ਦੇ ਧੜੇ ਦਾ ਸੀਗਾ ਉਹਨੇ ਕੱਲ ਪੋਜੀਸ਼ਨ ਬਦਲੀ ਉਹ ਮੰਤਰੀ ਅੱਜ ਐਂਟੀ ਕੈਪਟਨ ਹੋਇਆ ਹੋਇਆ ਉਹੀ ਨੇ ਇਹ ਵੀ ਪਤਾ ਲੱਗਿਆ ਹੋਇਆ ਇਹੀ ਨਹੀਂ ਸਾਫ ਹੋ ਰਿਹਾ ਨਾ ਵੀ ਕੌਣ ਕਿਹਦੇ ਪੱਖ ਚਾ ਮਤਲਬ ਕੋਈ ਇੱਧਰ ਜਾ ਰਿਹਾ ਕੋਈ ਇੱਧਰ ਜਾ ਰਿਹਾ ਮੰਤਰੀ ਕੈਪਟਨ ਦਾ ਬਹੁਤ ਖਾਸ ਹੈ ਉਹ ਮੰਤਰੀ ਉਹਨੂੰ ਵੀ ਕੈਪਟਨ ਨੂੰ ਬਣਾਉਣ ਤੇ ਬੜ ਮંત્રી ਵੀ ਐਮਐਲਏ ਵੀ ਪ੍ਰੋਟੈਕਟ ਕਰਨ ਚ ਉਹ ਮੰਤਰੀ ਆ ਜਿਹੜਾ ਉਹ ਮੰਤਰੀ ਨੇ ਅਜੇ ਕੱਲ ਹੀ ਪਾਲਾ ਬਦਲਿਆ ਯਾਨੀ ਪਾਲੇ ਵੀ ਐ ਬਦਲੇ ਜਾ ਰਹੇ ਨੇ ਕੈਪਟਨ ਦੇ ਧੜੇ ਚ ਜਿਹੜੇ ਨੇ ਉਹਨਾਂ ਚੋਂ ਕਿਵੇਂ ਪਾਲੇ ਬਦਲੇ ਜਾ ਰਹੇ ਨੇ ਕੁਝ ਲੋਕਾਂ ਨੂੰ ਇਹ ਵੀ ਲੱਗਦਾ ਅਸਲ ਚ ਕਹਾਣੀ ਕੀ ਹੈ ਮੰਤਰੀਆਂ ਦਾ ਹਾਲਾਂਕਿ ਕੈਪਟਨ ਸਰਕਾਰ ਚ ਇਹ ਕਿਹਾ ਜਾਂਦਾ ਕਿ ਕੈਪਟਨ ਮੰਤਰਾਲੇ ਖੁੱਲੇ ਛੱਡ ਕੇ ਰੱਖਦੇ ਨੇ ਮੰਤਰੀਆਂ ਨੂੰ ਜਾਂ ਅਫਸਰਾਂ ਨੂੰ ਤਾਕਤ ਦਿੰਦੇ ਨੇ ਮੰਤਰੀਆਂ ਨੂੰ ਦਿੰਦੇ ਨੇ ਪਰ ਕਈ ਥਾਂ ਤੇ ਜਿੱਥੇ ਕੈਪਟਨ ਆਪ ਚਲਾਉਣ ਦੀ ਜਾਂ ਕੈਪਟਨ ਦੀ ਅਫਸਰशाही ਉਹਨਾਂ ਵਿਭਾਗਾਂ ਨੂੰ ਚਲਾਉਣ ਦੀ ਕੋਸ਼ਿਸ਼ ਕਰਦੇ ਉਹ ਮੰਤਰੀ ਕੈਪਟਨ ਤੋਂ ਬੜੇ ਨਾਰਾਜ਼ ਨੇ ਕੈਪਟਨ ਨੂੰ ਵੀ ਪਤਾ ਕੌਣ ਨੇ ਉਹ ਉਹ ਮੰਤਰੀਆਂ ਨੂੰ ਵੀ ਪਤਾ ਜਿਨ੍ਹਾਂ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਮੰਤਰੀ ਬੜੇ ਔਖੇ ਨੇ ਕੈਪਟਨ ਤੋਂ ਕਿ ਸਾਨੂੰ ਮੰਤਰੀ ਦਾ ਬਣਾ ਤਾਂ ਸਾਡੀ ਕੋਈ ਸੁਣਵਾਈ ਤਾਂ ਹੈ ਨਹੀਂ ਸਾਡੇ ਕਹੇ ਤੋਂ ਤਾਂ ਥੱਲੇ ਬਦਲੀ ਤੱਕ ਨਹੀਂ ਹੁੰਦੀਗੀ ਕਿਸੇ ਜੱਜ ਦੇ ਬੰਦੇ ਦੀ ਤਾਂ ਉਹ ਮੰਤਰੀ ਵੀ ਇਸ ਟਾਈਮ ਇਹ ਸੋਚ ਰਹੇ ਨੇ ਕਿ ਥੋੜਾ ਜਲਵਾ ਦਿਖਾਓ ਕੈਪਟਨ ਨੂੰ ਕਹਿੰਦੇ ਆ ਨਾ ਜੇ ਮਾਂ ਦੁੱਧ ਵੀ ਨਹੀਂ ਦਿੰਦੀ ਜੇ ਬੱਚਾ ਨਹੀਂ ਰੋਂਦਾਗਾ ਮਾਂ ਉਹਦਾ ਦੁੱਧ ਨਹੀਂ ਦਈਏ ਤਾਂ ਬੱਚਾ ਰੋਂਦਾਗਾ ਤਾਂ ਮੰਤਰੀ ਮਾਂ ਦੇ ਦੁੱਧ ਵਾਂਗੂ ਰੋਕੇ ਦਿਖਾ ਰਹੇ ਨੇ ਜਾਂ ਰਿਐਕਟ ਕਰ ਰਹੇ ਨੇ ਤਾਂ ਕਿ ਜਿਹੜੀਆਂ ਉਹਨਾਂ ਦੀਆਂ ਐਡਜਸਟਮੈਂਟਾਂ ਜਾਂ ਜਿਹੜੇ ਉਹਨਾਂ ਦੇ ਕੰਮ ਨੇ ਜਿਹੜੀਆਂ ਉਹਨਾਂ ਦੀਆਂ ਫਾਈਲਾਂ ਆੜੀਆਂ ਪਈਆਂ ਨੇ ਜਿਹੜੇ ਉਹਨਾਂ ਦੇ ਬਹੁਤ ਸਾਰੇ ਮਸਲੇ ਨੇ ਬਹੁਤ ਸਾਰੇ ਬੰਦੇ ਆਪਣੇ ਆਪਣੇ ਤਰੀਕੇ ਨਾਲ ਦਾਲ ਆ ਰਹੇ ਨੇ ਇੱਕ ਧੜਾਓ ਆ ਜਿਹੜਾ ਪੂਰੀ ਲਕੀਰ ਖਿੱਚ ਕੇ ਕਹਿੰਦਾ ਕਿ ਕੈਪਟਨ ਨਹੀਂ ਰਹਿਣੇ ਚਾਹੀਦੇ ਇੱਕ ਧੜਾਓ ਆ ਜਿਹੜਾ ਉਹਨਾਂ ਦੇ ਨਾਲ ਜੁੜ ਕੇ ਆਪ ਦਾ ਦਾਲਾਉਣਾ ਚਾਹੁੰਦਾ ਵੀ ਵਿੱਚ ਸਾਡਾ ਦਾਲ ਲੱਗ ਜੇ ਅਸੀਂ ਕੋਈ ਡਿਪਟੀ ਸੀਐਮ ਹੋ ਜਾਈਏ ਅਸੀਂ ਕੋਈ ਅਫਸਰ ਲਵਾ ਲਈਏ ਅਸੀਂ ਹਾਈ ਕਮਾਂਡ ਕੋਲ ਨੰਬਰ ਬਣਾ ਲਈਏ ਤੀਜਾ ਧੜਾਓ ਆ ਜਿਹੜਾ ਚਾਹੁੰਦਾ ਸਾਡੇ ਕੋਲੇ ਤਾਕਤ ਹੀ ਨਹੀਂ ਹੈਗੀ ਅਸੀਂ ਇੰਨਾ ਕੁ ਡਰਾਈਏ ਸਾਨੂੰ ਤਾਕਤ ਹੀ ਦੇ ਦੇ ਕੈਪਟਨ ਇਹੇ ਜੀ ਵੀ ਲੋਕ ਨੇ ਤਾਂ ਉਹਨਾਂ ਚੋਂ ਇੱਕ ਮੰਤਰੀ ਜਿਮ ਮੈਂ ਕਹਿ ਰਿਹਾ ਉਹਨੇ ਕੱਲ ਹੀ ਪਾਸਾ ਪਲਟਿਆ ਜੀ ਤੇ ਇਸ ਕਰਕੇ ਬਹੁਤ ਸਾਰੀਆਂ ਕਹਾਣੀਆਂ ਬਹੁਤ ਸਾਰਾ ਕੁਝ ਅਜੇ ਵੀ ਕਾਂਗਰਸ ਦੇ ਅੰਦਰ ਚੱਲ ਰਿਹਾ ਖਾਨਾ ਜੰਗੀ ਅਜੇ ਕਟੇਗੀ ਨਹੀਂ ਇਹ ਖਾਣਾ ਜੰਗੀ ਹੋਰ ਆਉਣ ਵਾਲੇ ਦਿਨਾਂ 'ਚ ਬਣੇਗਾ